ਕਹਿੰਦੇ ਨੇ ਫਿਲਮਾਂ ਸਮਾਜ ਨੂੰ ਚੰਗੀ ਸੇਧ ਦੇ ਸਕਦੀਆਂ ਨੇ। ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਵਰਗੇ ਬਹੁਤ ਸਾਰੇ ਫੀਮੇਲ ਸਿੰਗਰਸ ਦੀ ਕਹਾਣੀ ਦੇ ਨਾਲ ਮਿਲਦੀ ਜੁਲਦੀ ਕਹਾਣੀ ਤੇ ਬਣੀ ਫਿਲਮ ਬਾਜਰੇ ਦਾ ਸਿੱਟਾ ਵੀ ਕੁਝ ਅਜਿਹਾ ਕਰਨ ਦਾ ਦਾਅਵਾ ਕਰਦੀ ਹੈ। ਪਰ ਕੀ ਇਹ ਫਿਲਮ ਸੱਚੀ ਹੋਈ ਇਹੋ ਜਿਹਾ ਕੋਈ ਬਦਲਾਵ ਲੈ ਕੇ ਆਉਣ ਦਾ ਦਮਖਮ ਰੱਖਦੀ ਹੈ ਜਾਂ ਫਿਰ ਇੱਥੇ ਵੀ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਵਾਂਗ ਇੱਕ ਚੰਗੇ ਵਿਸ਼ੇ ਦਾ ਨਾਸ ਮਾਰ ਦਿੱਤਾ ਗਿਆ ਹੈ, ਇਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਆਪਾਂ ਇਸ ਰਿਵਿਊ ਵਿੱਚ, ਜਿੱਥੇ ਮੈਂ ਤੁਹਾਨੂੰ ਫਿਲਮ ਦੀਆਂ ਖਾਮੀਆਂ ਤੇ ਖੂਬੀਆਂ ਇੱਕ ਇੱਕ ਕਰਕੇ ਦੱਸਾਂਗਾ ਤਾਂ ਕਿ ਤੁਸੀਂ ਆਪੇ ਡਿਸਾਈਡ ਕਰ ਲਵੋ ਵੀ ਫਿਲਮ ਵੇਖਣੀ ਹੈ ਜਾਂ ਨਹੀਂ। ਸਭ ਤੋਂ ਪਹਿਲਾਂ ਇੱਕ ਨਜ਼ਰ ਖੂਬੀਆਂ ਵੱਲ। Questions patriarchy sexism and reflects a true picture of Punjabi society. ਬਾਜਰੇ ਦਾ ਸਿੱਟਾ ਫਿਲਮ ਵਿੱਚ ਇੱਕ ਡਾਇਲੋਗ ਹੈ ਵੀ ਕੁੜੀਆਂ ਸੁਪਨੇ ਨਹੀਂ ਵੇਖਦੀਆਂ ਹੁੰਦੀਆਂ ਕਿਉਂਕਿ ਉਹਨਾਂ ਦੇ ਪੂਰੇ ਨਹੀਂ ਹੁੰਦੇ। ਇੱਕ ਲੰਮੇ ਸਮੇਂ ਤੱਕ ਸਾਡੇ ਇਸ ਮਰਦ ਪ੍ਰਧਾਨ ਸਮਾਜ ਵੱਲੋਂ ਸਭ ਨੂੰ ਇਹੀ ਪੜਾਇਆ ਗਿਆ। ਐਂਡ ਇਸ ਫਿਲਮ ਦੇ ਇੱਕ ਸੀਨ ਵਿੱਚ ਵੀ ਰੂਪ ਕੌਰ ਦਾ ਪਿਓ ਉਹਨੂੰ ਕਹਿੰਦਾ ਹੈ ਵੀ ਅਸੀਂ ਉਂਝ ਤਾਂ ਤੈਨੂੰ ਗਾਨ ਨਹੀਂ ਦੇ ਸਕਦੇ, ਬਸ ਇੱਕ ਸ਼ਰਤ ਤੇ ਗਾਨ ਦਵਾਂਗੇ, ਜੇ ਤੂੰ ਸਾਡੀ ਮਰਜ਼ੀ ਦੇ ਮੁੰਡੇ ਨਾਲ ਵਿਆਹ ਕਰਾ ਲਵੇਂਗੀ। ਵਿਆਹ ਤੋਂ ਬਾਅਦ ਰੂਪ ਕੌਰ ਦਾ ਘਰ ਵਾਲਾ ਉਹਨੂੰ ਕਹਿੰਦਾ ਹੈ ਵੀ ਤੈਨੂੰ ਜੋ ਚਾਹੀਦਾ ਉਹ ਸਭ ਲਿਆ ਦਾਂਗੇ, ਬਸ ਤੂੰ ਗਾਣਾ ਛੱਡ ਦੇ। ਸਾਡੇ ਸਮਾਜ ਦੇ ਮਰਦ ਆਪਣੇ ਉਸੂਲਾਂ ਦੀ ਬਲੀ ਚੜਾਉਣ ਲਈ ਵੀ ਤਿਆਰ ਹੋ ਜਾਣਗੇ ਜੇ ਔਰਤਾਂ ਉਹਨਾਂ ਦੇ ਇਸ਼ਾਰਿਆਂ ਤੇ ਨੱਚਣ ਲਈ ਤਿਆਰ ਹੋ ਜਾਣ। ਕੌੜਾ ਹੈ ਪਰ ਇਹੀ ਹੈ ਸਾਡੇ ਸਮਾਜ ਦਾ ਸੱਚ। ਐਂਡ ਜਸ ਗਰੇਵਾਲ ਬਾਜਰੇ ਦਾ ਸਿੱਟਾ ਫਿਲਮ ਵਿੱਚ ਬੜੇ ਬੇਖੌਫ, ਬੇਬਾਕ ਤੇ ਬੇਧੜਕ ਅੰਦਾਜ਼ ਵਿੱਚ ਇਹੀ ਸੱਚ ਪੇਸ਼ ਕਰਦੇ ਨੇ। ਇੱਥੇ ਨਾ ਤਾਂ ਕੋਈ ਫਿਲਟਰ ਹੈ ਤੇ ਨਾ ਹੀ ਪਰਦਾ। ਇੱਕ ਡਾਇਲੋਗ ਵਿੱਚ ਤਾਂ ਰੂਪ ਕੌਰ ਦੇ ਘਰ ਵਾਲੇ ਨੂੰ ਇੱਕ ਜਨਾਨੀ ਇਹ ਤੱਕ ਕਹਿ ਦਿੰਦੀ ਹੈ ਵੀ ਤੂੰ ਇਹਦਾ ਮਾਲਕ ਹੈ, ਜਿਵੇਂ ਤੈਨੂੰ ਚੰਗਾ ਲੱਗੇਗਾ ਉਵੇਂ ਉਵੇਂ ਕਰੀ ਜਾਏਗੀ। ਇਹ ਲਿੰਗਵਾਦ, ਇਹ ਪਿੱਤਰ ਸੱਤਾ ਦੀਆਂ ਜੜ੍ਹਾਂ ਕਿੰਨੀਆਂ ਡੂੰਘੀਆਂ ਨੇ, ਇਸ ਦਾ ਅਹਿਸਾਸ ਕਰਾਉਣ ਵਿੱਚ ਇਹ ਫਿਲਮ ਕੋਈ ਕਸਰ ਨਹੀਂ ਛੱਡਦੀ। ਔਰਤਾਂ ਦੇ ਜਿਸ ਮੰਦੇ ਹਾਲ ਨੂੰ ਸੌਂਕਣ ਸੌਂਕਣੇ ਫਿਲਮ ਵਿੱਚ ਹਾਸੇ ਦਾ ਪਾਤਰ ਬਣਾ ਦਿੱਤਾ ਗਿਆ, ਬਾਜਰੇ ਦਾ ਸਿੱਟਾ ਫਿਲਮ ਵਿੱਚ ਉਹੀ ਮੰਦਾ ਹਾਲ ਵੇਖ ਕੇ ਵਾਰ ਵਾਰ ਕਲੇਜਾ ਇਕੱਠਾ ਹੋ ਜਾਂਦਾ ਹੈ। ਇਸ ਫਿਲਮ ਦਾ ਰਾਈਟਰ ਜਸ ਗਰੇਵਾਲ ਸਮਾਜ ਵਿੱਚ ਔਰਤਾਂ ਦੀ ਸਥਿਤੀ ਦੇ ਨਾਲ ਹਮਦਰਦੀ ਰੱਖਦਾ ਹੈ। ਸਾਡੇ ਸਮਾਜ ਦਾ ਇੱਕ ਹੋਰ ਸੱਚ ਜਿਸ ਤੋਂ ਪਰਦਾ ਚੱਕਣ ਦੀ ਕੋਸ਼ਿਸ਼ ਕਰਦੀ ਹੈ ਇਹ ਫਿਲਮ ਵੀ ਜਵਾਕਾਂ ਦੇ ਸੁਪਨਿਆਂ ਨੂੰ ਮਾਂ ਪਿਓ ਨਹੀਂ ਮਾਰਦੇ, ਉਹਨਾਂ ਨੂੰ ਮਾਰਦਾ ਹੈ ਸਾਡਾ ਸਮਾਜ, ਸਾਡੇ ਲੋਕ, ਜਿਨ੍ਹਾਂ ਦੇ ਡਰ ਤੋਂ ਮਾਂ ਪਿਓ ਆਪਣੇ ਬੱਚਿਆਂ ਦੇ ਸੁਪਨਿਆਂ ਨੂੰ ਕਦੇ ਹਕੀਕਤ ਬਣਨ ਹੀ ਨਹੀਂ ਦਿੰਦੇ। ਜਦੋਂ ਵੀ ਮੈਂ ਤੇ ਮੇਰਾ ਭਰਾ ਕੋਈ ਗਲਤ ਕੰਮ ਕਰਨੇ ਹਾਂ ਤੇ ਸਾਡੀ ਮੰਮੀ ਕਹਿੰਦੀ ਹੈ ਤੇਰੀ ਤਾਈ ਨੂੰ ਪਤਾ ਲੱਗ ਗਿਆ ਨਾ, ਲੋਕਾਂ ਨੂੰ ਪਤਾ ਲੱਗ ਗਿਆ ਨਾ, ਉਹਨਾਂ ਨੇ ਟਿਕਣ ਨਹੀਂ ਦੇਣਾ। ਇਹ ਫਿਲਮ ਅਸਲੀਅਤ ਦੇ ਇੰਨਾ ਨੇੜੇ ਹੈ ਵੀ ਫਿਲਮ ਵੇਖ ਕੇ ਐਵੇਂ ਲੱਗਦਾ ਹੈ ਵੀ ਕੋਈ ਕਹਾਣੀ ਸਾਡੇ ਆਂਢ ਗਵਾਂਢ ਹੀ ਚੱਲ ਰਹੀ ਹੈ, ਸਾਡੀ ਆਪਣੀ ਕਹਾਣੀ ਹੈ। ਐਂਡ ਇਹੀ ਹੈ ਇਸ ਫਿਲਮ ਦੀ ਸਭ ਤੋਂ ਵੱਡੀ ਖੂਬੀ। ਕੀ ਲੋੜ ਸੀ ਕੁੜੀਆਂ ਨੂੰ ਗਵਾਉਣ ਦੀ, ਹੈ ਕੋਈ ਘਾਟਾ ਤੁਹਾਡੇ? ਪੈਸੇ ਦੀ ਘਾਟ ਸੀ ਤਾਂ ਸਭ ਤੋਂ ਮੰਗ ਲੈਂਦੇ। ਅ ਪਿਓਰ ਮਿਊਜ਼ੀਕਲ ਟ੍ਰੀਟ। ਕੁਝ ਫਿਲਮਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਵਿੱਚ ਗਾਣੇ ਬਸ ਲੋਕਾਂ ਨੂੰ ਰੈਸਟ ਦਿਵਾਉਣ ਲਈ ਪਾਏ ਜਾਂਦੇ ਨੇ, ਐਂਡ ਕੁਝ ਫਿਲਮਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਵਿੱਚ ਗਾਣਿਆਂ ਨੂੰ ਵੀ ਕਹਾਣੀ ਦੇ ਵਿੱਚ ਹੀ ਪਰੋਲਿਆ ਜਾਂਦਾ ਹੈ, ਗਾਣੇ ਵੀ ਇੱਕ ਕੈਰੈਕਟਰ ਪਲੇ ਕਰਦੇ ਨੇ। ਐਂਡ ਬਾਜਰੇ ਦਾ ਸਿੱਟਾ ਫਿਲਮ ਵਿੱਚ ਤਾਂ ਗੀਤਾਂ ਨੇ ਐਸਾ ਕੈਰੈਕਟਰ ਪਲੇ ਕੀਤਾ ਵੀ ਉਹਦੇ ਸਾਹਮਣੇ ਫਿਲਮ ਦੀ ਮੇਨ ਸਟਾਰਕਾਸਟ ਦੇ ਕੈਰੈਕਟਰਸ ਵੀ ਉਨੀ ਨਜ਼ਰ ਆ ਰਹੇ ਸੀ। ਅਵੀ ਸਰਾ ਤੇ ਜੈਦੇਵ ਕੁਮਾਰ ਦਾ ਸੰਗੀਤ ਤੁਹਾਨੂੰ ਪੁਰਾਣੇ ਸਮਿਆਂ ਵਿੱਚ ਲੈ ਜਾਂਦਾ ਹੈ। ਫਿਲਮ ਦਾ ਇੱਕ ਇੱਕ ਗੀਤ ਮਾਸਟਰਪੀਸ ਹੈ। ਐਂਡ ਹਰਮਨਜੀਤ ਪੰਜਾਬੀ ਗੀਤਕਾਰਾਂ ਵਿੱਚ ਆਪਣੀ ਸਭ ਤੋਂ ਉੱਚੀ ਰੈਪੂਟੇਸ਼ਨ ਤੋਂ ਵੀ ਉੱਚਾ ਕੰਮ ਪੇਸ਼ ਕਰਦੇ ਨੇ। ਜਦੋਂ ਅੱਖੀਆਂ ਦਾ ਨੂਰ ਹੋਵੇ ਸਾਵੇਂ, ਦੁਪੱਟਾ ਸਿਰੋਂ ਨਹੀਂ ਉਲਾਈਦਾ, ਮੇਰੇ ਵਾਲਾਂ ਵਿਚਲਾ ਚੀਰ ਵੇ ਗਲੀ ਲਾਹੌਰ ਦੀ, ਆਪਾਂ ਕੱਚੀ ਮਿੱਟੀ ਦਾ ਇੱਕ ਮਹਿਲ ਪਾਵਾਂਗੇ, ਦੋਵੇਂ ਪਹਿਲ ਪਾਵਾਂਗੇ, ਰੱਬ ਨਹੀਂ ਤਰੂਗਾ। ਪੰਜਾਬ ਦੇ ਲੋਕ ਗੀਤਾਂ ਨੂੰ ਇੱਕ ਨਵਾਂ ਜਨਮ ਦਿੱਤਾ ਹੈ ਹਰਮਨਜੀਤ ਨੇ ਇਸ ਫਿਲਮ ਵਿੱਚ। I think the real star of this film is Harmanjeet ਦੇ ਲਿਖੇ ਗੀਤ, ਐਂਡ ਉਹ ਗੀਤ ਹੋਰ ਵੀ ਮਿੱਠੇ ਹੋ ਜਾਂਦੇ ਨੇ ਕਿਉਂਕਿ ਜੋਤਿਕਾ ਟਾਂਗਰੀ ਤੇ ਨੂਰ ਚੈਲ ਵਰਗੀਆਂ ਦੋ ਕੋਇਲਾਂ ਉਹਨਾਂ ਗੀਤਾਂ ਨੂੰ ਗਾ ਰਹੀਆਂ ਸਨ। ਬਾਜਰੇ ਦਾ ਸਿੱਟਾ ਫਿਲਮ ਸ਼ਾਇਦ ਇੰਨੀ ਅਸਰਦਾਰ ਨਾ ਹੁੰਦੀ ਜੇ ਫਿਲਮ ਵਿੱਚ ਇਹ ਦੋ ਆਵਾਜ਼ਾਂ ਨਾ ਹੁੰਦੀਆਂ। ਇਨ੍ਹਾਂ ਓਰੀਜਨਲ ਗੀਤਾਂ ਤੋਂ ਇਲਾਵਾ ਜਸ ਗਰੇਵਾਲ ਦਾ ਬਾਜਰੇ ਦਾ ਸਿੱਟਾ ਰੀਮੇਕ ਤੇ ਉਸਤਾਦ ਮੁਹੰਮਦ ਰਫੀ ਦਾ ਚਿੱਟੇ ਦੰਦ ਹੱਸਣੋਂ ਨਹੀਂ ਉਹ ਰਹਿੰਦੇ ਤੇ ਲੋਕੀ ਭੈੜੇ ਸ਼ੱਕ ਕਰਦੇ, ਐਂਡ ਨੋਟ ਟੂ ਫੋਰਗੈਟ ਜਿਸ ਤਰ੍ਹਾਂ ਸਾਰੀ ਰਾਤ ਤੇਰਾ ਤੱਕਦੀਆਂ ਰਾਹ ਗੀਤ ਨੂੰ ਸੈਡ ਤੇ ਹੈਪੀ ਦੋ ਵੱਖ ਵੱਖ ਇਮੋਸ਼ਨਸ ਪੋਰਟਰੇ ਕਰਨ ਲਈ ਯੂਜ਼ ਕੀਤਾ ਜਾਂਦਾ ਹੈ। ਐਂਡ ਜੋਤਿਕਾ ਟਾਂਗਰੀ ਹੇਅਰ ਇਜ਼ ਬਿਯੋਂਡ ਬ੍ਰਿਲੀਅੰਸ। ਇਹ ਐਲਬਮ ਇੱਕ ਮਿਊਜ਼ੀਕਲ ਟ੍ਰੀਟ ਹੈ, ਬੈਸਟ ਮਿਊਜ਼ਿਕ ਐਲਬਮ ਹੈ 2022 ਦੀ। ਇਸ ਤਰ੍ਹਾਂ ਦੀ ਐਲਬਮ ਸੁਣਨ ਨੂੰ ਕੰਨ ਤਰਸ ਗਏ ਸੀ। ਪ੍ਰੋਡਕਸ਼ਨ ਡਿਜ਼ਾਈਨ, ਵਰਲਡ ਬਿਲਡਿੰਗ ਐਂਡ ਅਟੈਂਸ਼ਨ ਟੂ ਡੀਟੇਲ। ਇਹ ਫਿਲਮ ਵੇਖ ਕੇ ਤੁਹਾਨੂੰ ਪੁਰਾਣੇ ਸਮਿਆਂ ਦੀ ਯਾਦ ਆ ਜਾਂਦੀ ਹੈ। ਫਿਲਮ ਵੇਖ ਕੇ ਐਵੇਂ ਲੱਗਦਾ ਹੈ ਵੀ ਅਸੀਂ ਕਿਸੇ ਹੋਰ ਹੀ ਦੁਨੀਆ ਵਿੱਚ ਪਹੁੰਚ ਚੁੱਕੇ ਹਾਂ।
ਮੰਜੀਆਂ, ਕੋਠੇ, ਮਦਾਣੀਆਂ, ਸਵੈਟਰ, ਕਰੋਸ਼ੀਆ, ਇੱਕ ਇੱਕ ਚੀਜ਼ 'ਤੇ ਆਰਟ ਡਾਇਰੈਕਟਰ ਰੋਮੀ ਆਰਟਸ ਅਤੇ ਕੋਸਟਿਊਮ ਡਿਜ਼ਾਈਨਰ ਰੋਮਾ ਸ਼ਰਮਾ ਦਾ ਬੜੀ ਬਰੀਕੀ ਨਾਲ ਕੀਤਾ ਗਿਆ ਕੰਮ ਨਜ਼ਰ ਆਉਂਦਾ ਹੈ। ਇੱਕ ਇੱਕ ਚੀਜ਼ 'ਤੇ ਦਿੱਤੀ ਗਈ ਅਟੈਨਸ਼ਨ ਟੂ ਡਿਟੇਲ ਨਜ਼ਰ ਆਉਂਦੀ ਹੈ। ਐਂਡ DOP ਸਨਾ ਰਵੀ ਕੁਮਾਰ, ਜਿਸ ਤਰ੍ਹਾਂ ਉਹ ਸਾਰੀ ਦੁਨੀਆ ਨੂੰ ਆਪਣੇ ਕੈਮਰੇ ਵਿੱਚ ਕੈਪਚਰ ਕਰਦੇ ਨੇ, ਬਾ ਕਮਾਲ। ਫਿਲਮ ਵਿੱਚ ਸਿਆਲਾਂ ਦਾ ਮੌਸਮ ਦਿਖਾਇਆ ਗਿਆ ਹੈ, ਧੁੰਦਾਂ ਪਈਆਂ ਨੇ, ਇੱਕ ਡਾਰਕ ਜਿਹੀ ਟੋਨ ਹੈ। ਤੁਸੀਂ ਮੰਨੋਗੇ ਨਹੀਂ ਵੀ ਜਿਹੜੇ ਹਾਲ ਵਿੱਚ ਮੈਂ ਫਿਲਮ ਵੇਖ ਰਿਹਾ ਸੀ ਉੱਥੇ AC ਵੀ ਸਹੀ ਤਰ੍ਹਾਂ ਨਹੀਂ ਸੀ ਚੱਲ ਰਿਹਾ, ਪਰ ਫਿਰ ਵੀ ਫਿਲਮ ਵੇਖ ਕੇ ਮੈਨੂੰ ਠੰਡ ਲੱਗ ਰਹੀ ਸੀ। ਇਸ ਫਿਲਮ ਦੀ ਪ੍ਰੋਡਕਸ਼ਨ ਤੇ ਸੈਟਸ ਤੇ ਦਿਨ ਰਾਤ ਇੱਕ ਕੀਤਾ ਗਿਆ ਹੈ, ਟੌਪ ਕਲਾਸ ਵਰਕ। ਸੋਲਿਡ ਸਪੋਰਟਿੰਗ ਕਾਸਟ, ਆਲਵੇਜ਼ ਰਿਲਾਇਬਲ, ਨਿਰਮਲ ਰਿਸ਼ੀ, ਸੀਮਾ ਕੌਸ਼ਲ, ਪਰਮਿੰਦਰ ਬਰਨਾਲਾ, ਗੁਰਪ੍ਰੀਤ ਪੰਗੂ, ਰੁਪਿੰਦਰ ਰੂਪੀ, ਪ੍ਰਕਾਸ਼ ਕਦੂ, ਹੌਬੀ ਧਾਲੀਵਾਲ ਤੇ ਗੁੱਗੂ ਗਿੱਲ ਨੂੰ ਆਪਣੀਆਂ ਆਪਣੀਆਂ ਮੂਵਮੈਂਟਸ ਵਿੱਚ ਸ਼ਾਈਨ ਕਰਨ ਦਾ ਮੌਕਾ ਮਿਲਦਾ ਹੈ ਐਂਡ ਉਹ ਕਰਦੇ ਵੀ ਨੇ, ਪਰ ਐਕਟਿੰਗ ਪੱਖੋਂ ਇਸ ਫਿਲਮ ਵਿੱਚ ਜੇ ਕਿਸੇ ਨੇ ਮੇਲਾ ਲੁੱਟਿਆ ਹੈ ਤੇ ਉਹ ਨੇ BN ਸ਼ਰਮਾ। ਮੈਜੋਰਿਟੀ ਆਫ ਦ ਟਾਈਮ ਅਸੀਂ ਉਹਨਾਂ ਨੂੰ ਕਾਮੇਡੀ ਰੋਲਸ ਵਿੱਚ ਹੀ ਵੇਖਿਆ ਹੈ, ਪਰ ਇੱਥੇ ਉਹ ਥੋੜ੍ਹਾ ਜਿਹਾ ਹੱਟ ਕੇ ਕੈਰੈਕਟਰ ਪਲੇ ਕਰ ਰਹੇ ਨੇ। ਐਂਡ ਮੈਨ ਹੀ ਸੋ ਗੁੱਡ, ਜਿਸ ਤਰ੍ਹਾਂ ਉਹ ਸਹਿਜੇ ਸਹਿਜੇ ਗੱਲ ਕਰਦੇ ਨੇ, ਇੱਕ ਹਲਕੀ ਜਿਹੀ ਝਿਜਕ, ਇੱਕ ਡਰ ਹੈ ਉਹਨਾਂ ਦੇ ਗੱਲ ਕਰਨ ਦੇ ਅੰਦਾਜ਼ ਵਿੱਚ। ਇਹ ਫਿਲਮ ਵੇਖ ਕੇ ਮੈਂ ਤੇ ਇੱਕ ਵਾਰ ਫਿਰ ਤੋਂ ਉਹਨਾਂ ਦਾ ਫੈਨ ਹੋ ਗਿਆ। ਇਹ ਬੱਚੀਆਂ ਇੱਕ ਗੀਤ ਗਾ ਦੇਣ, ਹਾਂ ਗੱਲਾਂ ਪੰਡਾਂ 'ਚ ਕਰਨ ਵਾਲੀਆਂ ਹੈ ਨਹੀਂ। ਇਸ ਫਿਲਮ ਦੀ ਸਪੋਰਟਿੰਗ ਕਾਸਟ ਦਾ ਕੰਮ ਇੰਨਾ ਸੋਲਿਡ ਹੈ ਵੀ ਲੀਡਿੰਗ ਐਕਟਰਸ ਦੇ ਕੰਮ ਵੱਲ ਧਿਆਨ ਹੀ ਨਹੀਂ ਜਾਂਦਾ, ਜੋ ਕਿ ਆਈ ਫੀਲ ਕਿ ਇਸ ਫਿਲਮ ਦੇ ਫੇਵਰ ਵਿੱਚ ਵਰਕ ਕੀਤਾ ਹੈ। ਹੁਣ ਇੱਕ ਨਜ਼ਰ ਕੁਝ ਖਾਮੀਆਂ ਵੱਲ। ਰਾਈਟਿੰਗ ਲੂਪ ਹੋਲਸ, ਬਾਜਰੇ ਦਾ ਸਿੱਟਾ ਫਿਲਮ ਕਹਾਣੀ ਪੱਖੋਂ ਫਿਲਮ ਦੇ ਅਦਰਵਾਈਜ਼ ਉੱਚੇ ਸਟੈਂਡਰਡਸ ਨੂੰ ਮੈਚ ਨਹੀਂ ਕਰ ਪਾਉਂਦੀ। ਜਿਹੜਾ ਫਿਲਮ ਦਾ ਪਹਿਲਾ ਸੀਨ ਸੀ, ਮੈਨੂੰ ਇਹ ਸਮਝ ਨਹੀਂ ਆਈ ਵੀ ਉਹ ਪਾਉਣ ਦੀ ਕੀ ਲੋੜ ਸੀ, ਕਿਉਂਕਿ ਉਹ ਸੀਨ ਵੇਖ ਕੇ ਹੀ ਤੁਸੀਂ ਕਿਤੇ ਨਾ ਕਿਤੇ ਗੈਸ ਕਰ ਲੈਂਦੇ ਹੋ ਵੀ ਇਹ ਕਹਾਣੀ ਦਾ ਅੰਜਾਮ ਅਲਟੀਮੇਟਲੀ ਕੀ ਹੋਏਗਾ। ਐਂਡ ਜਿਹੜੇ ਕੈਰੈਕਟਰਸ ਨੂੰ ਆਪਾਂ ਫਿਲਮ ਦਾ ਫਾਈਨਲ ਪੁਆਇੰਟ ਕਲੀਅਰ ਕਰਨ ਲਈ ਰੱਖਿਆ ਗਿਆ, ਉਹ ਤੇ ਕਦੇ ਕਹਾਣੀ ਦਾ ਹਿੱਸਾ ਹੈ ਹੀ ਨਹੀਂ ਸਨ। ਉਹਨਾਂ ਨੂੰ ਆਪਾਂ ਬਸ ਕਲਾਈਮੈਕਸ ਵਿੱਚ ਇਸਤੇਮਾਲ ਕਰਨ ਲਈ ਰੱਖਿਆ ਗਿਆ। ਐਂਡ ਜਿਸ ਤਰ੍ਹਾਂ ਉਹ ਫਿਲਮ ਵਿੱਚ ਆਉਂਦੇ ਨੇ, ਕਹਾਣੀ ਵਿੱਚ ਆਉਂਦੇ ਨੇ, ਉਹਨੂੰ ਪਹਿਲੇ ਸੀਨ ਦੇ ਨਾਲ ਕਨੈਕਟ ਕਰਕੇ ਤੁਸੀਂ ਉਦੋਂ ਹੀ ਗੈਸ ਕਰ ਲੈਂਦੇ ਹੋ ਵੀ ਇਹ ਕਹਾਣੀ ਕਿੱਧਰ ਨੂੰ ਜਾ ਰਹੀ ਹੈ। ਫਿਲਮ ਦੇ ਅਖੀਰ ਵਾਲੇ ਕੁਝ ਸੀਨਸ ਥੀਏਟਰ ਵਿੱਚ ਬੈਠੇ ਹਰ ਬੰਦੇ ਨੇ ਪ੍ਰੈਡਿਕਟ ਕਰ ਲਏ ਸਨ। ਐਂਡ ਇਹ ਚੀਜ਼ ਫਿਲਮ ਦਾ ਓਵਰਆਲ ਮੂਵੀ ਵਾਚਿੰਗ ਐਕਸਪੀਰੀਅੰਸ ਥੋੜ੍ਹਾ ਫਿੱਕਾ ਕਰ ਦਿੰਦੀ ਹੈ। ਦੂਜੇ ਪਾਸੇ ਉਂਝ ਤਾਂ ਇਹ ਇੱਕ ਵਿਮਨ ਸੈਂਟ੍ਰਿਕ ਫਿਲਮ ਹੈ, ਪਰ ਫਿਲਮ ਦੀਆਂ ਕੁੜੀਆਂ ਰੂਪ ਕੌਰ ਤੇ ਬਸੰਤ ਕੌਰ ਦੇ ਕੈਰੈਕਟਰਸ ਮੈਨੂੰ ਬੜੇ ਵਨ ਨੋਟ ਲੱਗੇ। ਸਾਨੂੰ ਇਹ ਤਾਂ ਦੱਸਿਆ ਗਿਆ ਵੀ ਉਹ ਸਿੰਗਰਸ ਨੇ, ਪਰ ਉਹਨਾਂ ਦੀ ਕੈਰੈਕਟਰ ਡਿਵੈਲਪਮੈਂਟ ਤੇ ਕੈਰੈਕਟਰ ਰਾਈਟਿੰਗ ਤੇ ਉਹਨਾਂ ਕੰਮ ਕੀਤਾ ਗਿਆ ਨਜ਼ਰ ਨਹੀਂ ਆਉਂਦਾ। ਜੇ ਉਹਨਾਂ ਦੇ ਕੈਰੈਕਟਰਸ ਦੀਆਂ ਹੋਰ ਵੀ ਸ਼ੇਡਸ ਸਾਨੂੰ ਵੇਖਣ ਨੂੰ ਮਿਲਦੀਆਂ ਤੇ ਸ਼ਾਇਦ ਅਸੀਂ ਉਹਨਾਂ ਦੀ ਕਹਾਣੀ ਦੇ ਨਾਲ ਜ਼ਿਆਦਾ ਜੁੜ ਪਾਉਂਦੇ। ਇਸੇ ਸਿਮਿਲਰ ਸਬਜੈਕਟ ਤੇ ਇੱਕ ਬਾਲੀਵੁੱਡ ਫਿਲਮ ਆਈ ਸੀ, ਸੀਕ੍ਰੇਟ ਸੁਪਰ ਸਟਾਰ, ਜਿਸ ਵਿੱਚ ਜ਼ਾਇਰਾ ਵਸੀਮ ਦਾ ਕੈਰੈਕਟਰ ਸਿੰਗਰ ਬਣਨਾ ਚਾਹੁੰਦਾ ਹੈ, ਪਰ ਉਹਦੇ ਪਾਪਾ ਇਤਰਾਜ਼ ਕਰਦੇ ਨੇ। ਉਸ ਫਿਲਮ ਵਿੱਚ ਕੈਰੈਕਟਰ ਡਿਵੈਲਪਮੈਂਟ ਇੰਨੀ ਕਮਾਲ ਦੀ ਸੀ ਵੀ ਅਸੀਂ ਉਹ ਕੁੜੀ ਦੇ ਸੁਪਨੇ ਪੂਰੇ ਹੁੰਦੇ ਵੇਖਣਾ ਚਾਹੁੰਦੇ ਹਾਂ, ਉਹਦੇ ਨਾਲ ਹੱਸਦੇ ਹਾਂ, ਰੋਂਦੇ ਹਾਂ, ਉਹਦੇ ਲਈ ਚੀਅਰ ਕਰਦੇ ਹਾਂ, ਪਰ ਬਾਜਰੇ ਦਾ ਸਿੱਟਾ ਫਿਲਮ ਵਿੱਚ ਤਾਨਿਆ ਦੇ ਕੈਰੈਕਟਰ ਦੀ ਸਟਰਗਲ ਕੋਈ ਜ਼ਿਆਦਾ ਮਹਿਸੂਸ ਨਹੀਂ ਹੁੰਦੀ। ਪਰ ਇਹਨਾਂ ਕਮੀਆਂ ਦੇ ਬਾਵਜੂਦ ਵੀ ਆਈ ਵੁੱਡ ਲਾਈਕ ਟੂ ਰੈਕਮੈਂਡ ਬਾਜਰੇ ਦਾ ਸਿੱਟਾ ਫੋਰ ਦਾ ਐਂਬੀਸ਼ਨ ਆਫ ਰਾਈਟਰ ਐਂਡ ਡਾਇਰੈਕਟਰ ਜਸ ਗਰੇਵਾਲ ਐਂਡ ਐਕਸਟਰਾ ਆਰਡੀਨਰੀ ਵਰਕ ਬਾਈ ਦਾ ਮਿਊਜ਼ਿਕ ਟੀਮ। ਬਾਜਰੇ ਦਾ ਸਿੱਟਾ ਫਿਲਮ ਬਾਰੇ ਤੁਹਾਡੇ ਕੀ ਵਿਚਾਰ ਨੇ ਜ਼ਰਾ ਕਮੈਂਟ ਸੈਕਸ਼ਨ ਵਿੱਚ ਲਿਖ ਕੇ ਜ਼ਰੂਰ ਦੱਸਿਓ। ਸੁਣਿਆ ਦਿਲਜੀਤ ਦੋਸਾਂਝ ਤੇ ਜਾਰਡਨ ਸੰਧੂ ਨਵੀਂ EP ਲੈ ਕੇ ਆਏ ਨੇ, ਸੋ ਉਹਨਾਂ ਦੇ ਰਿਵਿਊਜ਼ ਵੀ ਬਸ ਆਉਣ ਹੀ ਵਾਲੇ ਨੇ। ਸੋ ਫਟਾਫਟ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦੱਬ ਲਿਓ।